ਪੰਜਾਬ ਵਿੱਚ 19 ਮਈ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਜਿਸ ਨੂੰ ਦੇਖਦੇ ਹੋਏ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ। ਜਲੰਧਰ ਦੇ ਕਰਤਾਰਪੁਰ ਦੀ ਦਾਣਾ ਮੰਡੀ ਦੇ ਕੋਲ ਗਰਾਊਂਡ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਲੋਕ ਸਭਾ ਉਮੀਦਵਾਰ ਸੰਤੋਖ ਸਿੰਘ ਚੌਧਰੀ ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਆਮ ਲੋਕਾਂ ਨੂੰ ਮਿਲਣ ਪਹੁੰਚੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਉਹਨਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਦੇਸ਼ ਦੀ ਆਬਾਦੀ ਵਧਣ ਦੇ ਨਾਲ ਨਾਲ ਉਹਨਾਂ ਦੀ ਸਰਕਾਰ ਦੀਆਂ ਮੁਸ਼ਕਲਾਵਾਂ ਵੀ ਵਧੀਆਂ ਹਨ, ਕਿਉਂਕਿ ਸਰਕਾਰ ਨੂੰ ਲੋਕਾਂ ਨੂੰ ਸੁਵਿਧਾ ਦੇਣੀ ਪੈਂਦੀ ਹੈ ਅਤੇ ਰੈਵਨਿਊ ਇਕੱਠਾ ਕਰਨਾ ਪੈਂਦਾ ਹੈ, ਅਤੇ ਇਸ ਮੌਕੇ ਇੰਡਸਟਰੀ ਦਾ ਵਿਕਾਸ ਨੋਟਬੰਦੀ ਅਤੇ GST ਕਰਕੇ ਰੁਕ ਗਿਆ ਹੈ। ਤੋ ਮੈਂ ਸੋਚਿਆ ਸੀ ਆਪਾਂ ਐਤਕੀ ਇਹ ਸ਼ੁਰੂਆਤ ਇਹ ਕਿਉਂ ਨਾ ਕਰੀਏ ਕਿ ਲੋਕਾਂ ਤੋਂ ਸਵਾਲ ਕਰਵਾਈਏ। ਹੁਣ ਉੱਠ ਕੇ ਤਾਂ ਕਰਨਾ ਬੜਾ ਔਖਾ ਹੈ ਕਿਉਂਕਿ ਮਾਈਕ ਨਹੀਂ ਆਪਣੇ ਕੋਲ ਇੰਨੀ ਕਿ ਉਹ ਪਰਚੀਆਂ ਦੇ ਦੇਣ, ਔਰ ਪਰਚੀਆਂ ਜਿੰਨੀਆਂ ਅਸੀਂ ਕਰ ਸਕਦੇ ਹਾਂ ਸਮੇਂ ਦੇ ਮੁਤਾਬਿਕ ਉਹਨਾਂ ਨੂੰ ਮੈਂ ਉਹਦਾ ਜਵਾਬ ਤੁਹਾਨੂੰ ਦੇ ਸਕਾਂ। ਇਸ ਲਈ ਕਿ ਮੈਂ ਨਹੀਂ ਚਾਹੁੰਦਾ ਕਿ ਇੱਥੋਂ ਕੋਈ ਛੱਡ ਕੇ ਵਾਪਸ ਜਾਵੇ ਔਰ ਕਹੇ ਜੀ ਫਲਾਣੀ ਗੱਲ ਤਾਂ ਉਹਨਾਂ ਨੇ ਕਹੀ ਨਹੀਂ, ਔਰ 19 ਤਰੀਕ ਨੂੰ ਆਪਣੀਆਂ ਵੋਟਾਂ ਪੈ ਜਾਣੀਆਂ ਨੇ। ਤਾਂ 17 ਦਿਨਾਂ ਦੇ ਵਿੱਚ ਮੇਰੇ ਵਾਸਤੇ ਤਾਂ ਇੰਨਾ ਔਖਾ ਨਹੀਂ, ਇਹਨਾਂ ਕੈਂਡੀਡੇਟਾਂ ਵਾਸਤੇ ਬੜਾ ਔਖਾ ਹੈ। ਹੁਣ ਤੁਹਾਡੇ ਕਿੰਨੇ ਪਿੰਡ ਨੇ ਹੁਸ਼ਿਆਰਪੁਰ ਦੇ? 1400 ਪਿੰਡ ਤਾਂ ਇਹਨਾਂ ਦੇ ਨੇ, ਤੁਹਾਡੇ ਕਿੰਨੇ ਨੇ? ਹੁਣ ਹੈ 17 ਲੱਖ ਵੋਟ। ਆਹ ਦੇਖ ਲਓ, ਜਦੋਂ ਮੈਂ ਪਹਿਲੀ ਇਲੈਕਸ਼ਨ ਆਪਣੀ ਲੜਿਆ ਸੀ ਉਦੋਂ ਤਾਂ 8 ਲੱਖ ਹੁੰਦੇ ਸੀ ਵੋਟ। ਆਬਾਦੀ ਵੀ ਸਾਡੀ ਵੱਧਦੀ ਜਾ ਰਹੀ ਹੈ ਪੰਜਾਬ ਦੀ। ਇਸ ਤਰੀਕੇ ਸਾਡਾ ਦੇਸ਼ ਦੀ ਅੱਜ ਆਬਾਦੀ ਤੁਸੀਂ ਸਮਝ ਸਕਦੇ ਹੋ ਕਿੱਥੇ ਪਹੁੰਚ ਗਈ। ਔਰ ਬੜਾ ਮੁਸ਼ਕਲ ਹੁੰਦਾ ਕਿ ਇਹ ਵੱਧਦੀ ਆਬਾਦੀ ਦਾ ਸਾਹਮਣਾ ਕਰਨ ਲਈ ਸਰਕਾਰਾਂ ਨੂੰ ਸੋਚਣਾ ਪੈਂਦਾ ਕਿ ਕਿਸ ਤਰੀਕੇ ਨਾਲ ਅਸੀਂ ਇਹ ਰੈਵਨਿਊ ਜਨਰੇਸ਼ਨ, ਪੈਸਿਆਂ ਦਾ ਪ੍ਰਬੰਧ ਕਰਨਾ ਤਾਂ ਕਿ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣ, ਕਿ ਇਹ ਸਮੱਸਿਆ ਸਾਡੇ ਸਾਹਮਣੇ। ਔਰ ਦੂਜੇ ਪਾਸੇ ਇਹ BJP ਦੀ ਸਰਕਾਰ ਜਿਹੜੀ ਹੈ, ਆ ਜਿਹੜਾ ਤੁਹਾਡਾ ਨੋਟਬੰਦੀ ਬੰਦ ਕਰਤੀ ਇਹਨਾਂ ਨੇ ਔਰ ਤੁਹਾਡਾ GST ਲਗਾ ਦਿੱਤਾ, ਜੋ ਅੱਗੇ ਵਧਣੀ ਚਾਹੀਦੀ ਸੀ ਸਾਡੀ ਸਰਕਾਰ ਨੂੰ, ਹਿੰਦੁਸਤਾਨ ਦੀ ਹਕੂਮਤ ਦੇ ਰਾਹੀਂ ਸਾਡੇ ਆਰਥਿਕਤਾ ਨੂੰ ਉਹਦੇ 'ਤੇ ਠੱਪ ਲਗਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬੈਬਲ ਕਲਾਂ ਤੇ ਬਰਗਾੜੀ ਵਿਖੇ ਹੋਈ ਫਾਇਰਿੰਗ ਅਤੇ ਸੂਬੇ ਵਿੱਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨਾਲ ਵਿਰੋਧੀਆਂ ਨੇ ਸੂਬੇ ਵਿੱਚ ਅਸ਼ਾਂਤੀ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਕਾਲੀਆਂ ਨਾਲ ਨਹੀਂ ਮਿਲੀ ਹੋਈ, ਬਲਕਿ ਬੈਬਲ ਕਲਾਂ ਗੋਲੀਕਾਂਡ ਦੀ ਇਨਕੁਆਇਰੀ ਤੋਂ ਬਾਅਦ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਆਹ ਨਹੀਂ ਜੋ ਬਰਗਾੜੀ ਔਰ ਬੈਬਲ ਕਲਾਂ ਔਰ ਕੋਟਕਪੂਰਾ ਵਿੱਚ ਤੁਸੀਂ ਫਾਇਰਿੰਗ ਇੱਥੇ ਕਰ ਦਿੰਦੀ ਔਰ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦੇ ਹੋ, ਹੋਈ ਕਿਉਂ? ਮੈਂ ਗਿਆ ਸੀ ਉੱਥੇ ਬਰਗਾੜੀ ਔਰ ਬੈਬਲ ਕਲਾਂ, ਜਿਸ ਦਿਨ ਗੋਲੀ ਚੱਲੀ ਉਸ ਅਗਲੇ ਸਵੇਰੇ ਉੱਥੇ ਪਹੁੰਚਿਆ। ਇੱਕ ਲੀਹਾ ਜਾਂਦਾ ਸੀ ਜਿਹੜੀ ਸੜਕ, ਇੱਕ ਆਪਣੀ ਲਿੰਕ ਰੋਡ ਔਰ ਇੱਕ ਮੇਨ ਸੜਕ ਜਾਂਦੀ ਸੀ, ਉਹ ਕੋਨੇ ਦੇ ਵਿੱਚ ਉੱਥੇ ਲੋਕ ਇਕੱਠੇ ਹੋਏ ਸੀ। ਇਕੱਠੇ ਹੋ ਕੇ ਜਿਹੜੇ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਔਰ ਬਾਕੀ ਧਰਮ ਗ੍ਰੰਥਾਂ ਦੀ ਇੱਥੇ ਬੇਅਦਬੀ ਹੋਈ ਸੀ ਉਹਦੇ ਸੰਬੰਧੀ ਬਹਿ ਕੇ ਪਾਠ ਕੀਤਾ, ਕੀਰਤਨ ਕੀਤਾ ਜਾ ਰਿਹਾ ਸੀ। ਆ ਕੇ ਭੇਜਤੇ ਆਪਣੇ ਅਫਸਰ, ਆ ਕੇ ਗੋਲੀ ਮਾਰ, ਦੋ ਬੰਦੇ ਉੱਥੇ ਹੀ ਮਾਰਤੇ, ਦੋ ਬੰਦਿਆਂ ਦੇ ਰੀੜ੍ਹ ਦੀ ਹੱਡੀ ਦੇ ਵਿੱਚੋਂ ਗੋਲੀ ਨਿਕਲ ਗਈ, ਉਹਨਾਂ ਦਾ ਲੱਕ ਤੋਂ ਥੱਲੇ ਉਹਨਾਂ ਦੀ ਟੰਗਾਂ ਹੀ ਨਹੀਂ ਚੱਲਦੀਆਂ, ਇੱਕ ਦਾ ਅੱਧਾ ਅੱਡਾ ਇੱਥੇ ਇਹਨਾਂ ਹੱਥ ਹੀ ਉੱਡ ਗਿਆ, ਦੋ ਤਿੰਨਾਂ ਦੀ ਉਂਗਲੀਆਂ ਉੱਡ ਗਈਆਂ। ਕਿਆ ਮਖੌਲ ਬਣਾ ਰੱਖਿਆ ਤੁਸੀਂ? ਐਂ ਚੱਲਦੀਆਂ ਨੇ ਸਰਕਾਰਾਂ ਕਿ ਜਿੱਥੇ ਜੀ ਕਰਦਾ ਤੁਸੀਂ ਗੋਲੀ ਚਲਾਈ ਜਾਓ? ਔਰ ਇਹ ਜਿਹੜੀ ਗੋਲੀ ਚੱਲੀ ਹੈ ਉਹਦੀ ਇਨਵੈਸਟੀਗੇਸ਼ਨ ਕਰਦੇ ਹੋਏ ਕਿ ਕੀ ਕੌਣ ਜ਼ਿੰਮੇਵਾਰ ਹੈ ਔਰ ਕਿੱਥੋਂ ਹੁਕਮ ਆਇਆ, ਉਦੋਂ ਇਹਨੂੰ ਤੁਸੀਂ ਚੱਕ ਕੇ ਪਾਸੇ ਕਰਾ ਦਿਓ। ਤੁਹਾਡਾ ਖਿਆਲ ਹੈ ਮੁੱਕ ਜੂਗਾ? ਇੱਥੇ 3 ਹਫ਼ਤੇ ਰਹਿ ਗਏ ਚੋਣ 'ਚ, 3 ਹਫ਼ਤੇ ਤੋਂ ਅਗਲੇ ਦਿਨ ਇਹੀ ਅਫਸਰ ਉੱਥੇ ਜਾਊਗਾ, ਇਨਵੈਸਟੀਗੇਸ਼ਨ ਸ਼ੁਰੂ ਹੋਊਗੀ ਔਰ ਫੜ ਕੇ ਛੱਡੂਗਾ ਇਹਨਾਂ ਨੂੰ ਜਿਹਨਾਂ ਨੇ ਇੱਥੇ ਕੀਤੀ ਹੈ। ਇਸ ਮੌਕੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ, ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਵਿਧਾਇਕ ਪ੍ਰਗਟ ਸਿੰਘ, ਵਿਧਾਇਕ ਸੁਸ਼ੀਲ ਰਿੰਕੂ, ਵਿਧਾਇਕ ਲਾਡੀ ਸ਼ੇਰੋਵਾਲੀਆ, ਅਵਤਾਰ ਹੈਨਰੀ, ਵਿਕਰਮਜੀਤ ਸਿੰਘ ਚੌਧਰੀ, ਵਿਧਾਇਕ ਨਵਤੇਜ ਸਿੰਘ ਚੀਮਾ, ਸਰਦਾਰ ਜੁਗਿੰਦਰ ਸਿੰਘ ਮਾਨ, ਸਾਬਕਾ ਮੰਤਰੀ ਮਹਿੰਦਰ ਸਿੰਘ KP, ਸਾਬਕਾ ਵਿਧਾਇਕ ਜਸਬੀਰ ਸਿੰਘ ਬਰਾੜ ਹਾਜ਼ਰ ਸਨ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ TV।